ਲਿਖ ਕੇ ਦਿਓ ਤੁਹਾਨੂੰ ਸਾਫ਼ ਮਿਲੇਗਾ। ਤੁਸੀਂ ਇੰਨਾ ਪੜ੍ਹੇ ਲਿਖੇ ਹੋ ਮਨਪ੍ਰੀਤ, ਤੁਸੀਂ ਲੜਕੇ ਨਾਲ ਸ਼ਾਦੀ ਕਰਨ ਤੋਂ ਪਹਿਲਾਂ ਕੁਝ ਪਲ ਇਸ ਟੈਕਨੋਲੋਜੀ ਦੇ ਰਾਹੀਂ ਗੱਲਾਂ ਬਾਤਾਂ ਕੀਤੀਆਂ ਫੋਨ ਰਾਹੀਂ ਫੇਸਬੁੱਕ ਤੇ, ਤੁਹਾਡਾ ਰਿਸ਼ਤਾ ਕਿਵੇਂ ਜੁੜਿਆ? ਤੁਹਾਡਾ ਰਿਸ਼ਤਾ ਆਪਸ ਵਿੱਚ 400 ਕਹਿੰਦੇ ਵੀ ਲੋਕੀ ਆਏ ਹੋਣਗੇ। ਤੁਸੀਂ 2 ਮਹੀਨੇ ਵਿਆਹ ਕਰਾ ਕੇ ਪੱਕੇ ਮਤਲਬ ਇਕੱਠੇ ਰਹੇ ਹੋ ਤੇ ਤੁਸੀਂ ਰਿਲੇਸ਼ਨ ਬਣਾਇਆ ਨੀ ਹਸਬੈਂਡ ਵਾਈਫ ਨੇ, ਤੁਸੀਂ ਆਪਣੇ ਸਰੀਰਕ ਸੰਬੰਧ ਕਾਇਮ ਨਹੀਂ ਕੀਤੇ? ਨਹੀਂ ਨਹੀਂ, ਇਹਨਾਂ ਨੇ ਰਿਲੇਸ਼ਨ ਬਣਾਇਆ ਨਹੀਂ ਹੈਗਾ ਜੀ। ਸ਼ੋਰ ਕਈ ਵਾਰੀ ਕਿਹਾ ਕਿ ਮਤਲਬ ਹਾਂਜੀ ਸ਼ੋਰ, ਤੇ ਮੈਨੂੰ ਕਹਿੰਦੇ ਤੂੰ ਸਵੇਰੇ 7 ਵਜੇ ਉੱਠਣਾ ਤੇ ਮੇਰੀ ਰਾਤ ਨੂੰ ਨੀਂਦ ਨੀ, ਮੈਂ 3 ਤੋਂ 4 ਘੰਟੇ ਤੋਂ ਬਾਅਦ ਸੁੱਤੀ ਨੀ ਹੈਗੀ ਰਾਤ, ਤੇ ਨਾਲੇ ਮੈਂ ਟੈਨਸ਼ਨ ਚ ਵੀ ਰਹਿਣਾ ਕਿ ਮੇਰੇ ਨਾਲ ਰਿਲੇਸ਼ਨ ਨੀ ਬਣਾਉਂਦੇ ਤੇ ਮੇਰੇ ਨਾਲ ਬੋਲਦੇ ਨੀ ਆ, ਤੇ ਮੈਨੂੰ ਰਾਤ ਨੂੰ ਵੈਸੇ ਨੀਂਦ ਨੀ ਆਉਂਦੀ, ਮੈਂ ਏਦਾਂ ਹੀ ਮਤਲਬ 3 ਤੋਂ 4 ਘੰਟੇ ਤੋਂ ਬਾਅਦ ਸੁੱਤੀ ਵੀ ਨੀ ਹੈਗੀ ਮਤਲਬ ਘਰ। ਮਨਪ੍ਰੀਤ ਕੌਰ ਹਾਜ਼ਰ ਨੇ, ਮਨਪ੍ਰੀਤ ਵੈਲਕਮ, ਸਤਿ ਸ੍ਰੀ ਅਕਾਲ ਜੀ। ਮਨਪ੍ਰੀਤ ਜੀ, ਜੋ ਤੁਸੀਂ ਕਹੋਗੇ ਸੱਚ ਕਹੋਗੇ, ਸੱਚ ਤੋਂ ਸਵਾਈ ਕੁਛ ਨੀ ਕਹੋਗੇ? ਹਾਂਜੀ ਹਾਂਜੀ ਸੱਚ ਕਹੋਗੇ ਜੀ। ਮਨਪ੍ਰੀਤ ਜੀ, ਤੁਹਾਡੀ ਜਿਹੜੀ ਹੈ ਮੈਂ ਜਾਣਨਾ ਚਾਹੁੰਦਾ, ਉਮਰ ਕਿੰਨੀ ਹੈ? ਮੇਰਾ 1991 ਦਾ ਬਰਥ ਹੈ ਤੇ ਮੇਰੀ 31 ਸਾਲ ਉਮਰ ਬਣਦੀ ਹੈ। 31 ਸਾਲ। ਆਪ ਜੀ ਐਜੂਕੇਸ਼ਨ ਕੀ ਹੈ, ਕਿੰਨਾ ਤੁਸੀਂ ਪੜ੍ਹੇ ਹੋ? ਮੈਂ ਬੀਡੀਐਸ ਕੀਤੀ ਹੈ। ਹਾਂਜੀ ਬੀਡੀਐਸ ਕੀਤੀ ਹੈ। ਬੀਡੀਐਸ ਕੀਤੀ ਹੈ। ਹਾਂਜੀ। ਤੁਹਾਡਾ ਜ਼ਿਲ੍ਹਾ ਕਿਹੜਾ? ਗੁਰਦਾਸਪੁਰ। ਗੁਰਦਾਸਪੁਰ। ਮਾਤਾ ਜੀ ਦਾ, ਪਿਤਾ ਜੀ ਦਾ ਨਾਮ ਕੀ ਹੈ ਪਹਿਲਾਂ ਦੱਸੋ? ਮੇਰੇ ਪਿਤਾ ਜੀ ਦਾ ਨਾਮ ਬਖਸ਼ੀਸ਼ ਸਿੰਘ ਹੈ ਤੇ ਮਾਤਾ ਜੀ ਦਾ ਨਾਮ ਸੁਖਵਿੰਦਰ ਕੌਰ। ਸਰਦਾਰ ਬਖਸ਼ੀਸ਼ ਸਿੰਘ ਜੀ ਤੇ ਸ੍ਰੀਮਤੀ ਸੁਖਵਿੰਦਰ ਕੌਰ। ਸੁਖਵਿੰਦਰ ਕੌਰ। ਹਾਂਜੀ। ਥੋੜੀ ਜਿਹੀ ਆਵਾਜ਼ ਜਿਹੜੀ ਹੈ, ਸਪੀਕਰ ਹੈ ਔਨ ਆਫ ਹੈ ਤੁਹਾਡੀ ਫੋਨ ਦਾ? ਹਾਂਜੀ ਸਪੀਕਰ ਆਫ ਹੈ। ਹੈਡਫੋਨ ਤਾਂ ਲਾਏ? ਨਹੀਂ ਨਹੀਂ। ਓਕੇ, ਮਿਹਰਬਾਨੀ। ਔਰ ਮੈਂ ਤੁਹਾਡੇ ਤੋਂ ਆਗਿਆ ਲੈ ਰਿਹਾ, ਪਰਮਿਸ਼ਨ ਲੈ ਰਿਹਾ ਟੂ ਟੈਲੀਕਾਸਟ ਬ੍ਰੌਡਕਾਸਟ ਕਰਨ ਦੀ ਵਰਲਡ ਵਾਈਡ, ਤੁਸੀਂ ਸਾਨੂੰ ਪਰਮਿਸ਼ਨ ਦੇ ਰਹੇ ਹੋ? ਹਾਂਜੀ ਹਾਂਜੀ। ਓਕੇ ਪਲੀਜ਼ ਪ੍ਰੋਸੀਡ। ਬਹੁਤ ਹੀ ਚੰਗੇ ਕਰਾਣੇ ਦੀ ਧੀ ਹੈ, ਕਿਉਂਕਿ ਇਸ ਲੜਕੀ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇਸ ਲੜਕੀ ਦੇ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਹੈ। ਮਾਫ ਕਰਨਾ ਕਿ ਪਿੰਡ ਦੇ ਸਰਪੰਚ ਸਾਹਿਬ ਦਾ ਨਾਮ ਮੇਰੀ ਜ਼ੁਬਾਨ ਤੇ ਨਹੀਂ, ਮੈਂ ਪੁੱਛਣਾ ਚਾਹਾਂਗਾ। ਮਨਪ੍ਰੀਤ, ਤੁਹਾਡੇ ਪਿੰਡ ਦੇ ਮੁਖੀ ਜਿਹੜੇ ਨੇ ਸਰਦਾਰ ਸਾਹਿਬ ਦਾ ਕੀ ਨਾਮ? ਉਹਨਾਂ ਦਾ ਦਲਵਿੰਦਰ ਸਿੰਘ। ਦਲਵਿੰਦਰ ਔਰ ਬਲਵਿੰਦਰ? ਦਲਵਿੰਦਰ। ਦਲਵਿੰਦਰ, ਸਰਦਾਰ ਦਲਵਿੰਦਰ ਸਿੰਘ। ਹਾਂਜੀ। ਸੋ ਉਹਨਾਂ ਨੇ ਸਾਨੂੰ ਰੀਚ ਕੀਤਾ, ਉਸ ਤੋਂ ਬਾਅਦ ਮੈਂ ਗੱਲਬਾਤ ਕੀਤੀ ਤਾਂ ਉਹਨਾਂ ਨੂੰ ਗੋਲਡੀ ਕਾਲੋ ਜੀ ਨੇ ਅਪਰੋਚ ਕੀਤਾ ਕਿ ਬਸ ਇਸ ਸ਼ੋਅ ਦੇ ਵਿੱਚ ਆਪਣਾ ਦੁੱਖ ਲੈ ਕੇ ਜਾਓ, ਤੁਹਾਨੂੰ ਸਾਫ਼ ਮਿਲੇਗਾ। ਤੁਸੀਂ ਇੰਨਾ ਪੜ੍ਹੇ ਲਿਖੇ ਹੋ ਮਨਪ੍ਰੀਤ, ਤੁਸੀਂ ਲੜਕੇ ਨਾਲ ਸ਼ਾਦੀ ਕਰਨ ਤੋਂ ਪਹਿਲਾਂ ਕੁਝ ਪਲ ਇਸ ਟੈਕਨੋਲੋਜੀ ਦੇ ਰਾਹੀਂ ਗੱਲਾਂ ਬਾਤਾਂ ਕੀਤੀਆਂ ਫੋਨ ਰਾਹੀਂ ਫੇਸਬੁੱਕ ਤੇ, ਤੁਹਾਡਾ ਰਿਸ਼ਤਾ ਕਿਵੇਂ ਜੁੜਿਆ? ਤੁਹਾਡਾ ਰਿਸ਼ਤਾ ਆਪਸ ਵਿੱਚ ਕਿਵੇਂ ਜੁੜਿਆ? ਇਹ ਵਿਆਹ ਤੁਸੀਂ ਕਿਵੇਂ ਜੁੜਿਆ? ਮੇਰੇ ਲੱਕੇ ਪਰਿਵਾਰ ਵਾਲਿਆਂ ਨੇ ਨਿਊਜ਼ ਪੇਪਰ ਚ ਐਡ ਦਿੱਤੀ ਸੀਗੀ, ਮੇਰੇ ਫਾਦਰ ਨੇ ਐਡ ਦੇ ਕੇ ਕਾਲ ਕੀਤੀ ਸੀਗੀ ਤੇ 2022 ਚ ਇਹ ਕਾਲ ਮਤਲਬ ਗੱਲ ਹੋਈ ਆ। ਇਹ ਮਈ ਦੇ ਮਹੀਨੇ ਸਾਡਾ ਮਤਲਬ ਅੰਗੇਜਮੈਂਟ ਹੋਈ ਸੀਗੀ। ਅੰਗੇਜਮੈਂਟ ਤੋਂ ਬਾਅਦ, ਅੰਗੇਜਮੈਂਟ ਜਦੋਂ ਹੋਈ ਆ ਉਦੋਂ ਤੁਹਾਨੂੰ ਪਰ ਫਿਜ਼ੀਕਲ ਤੌਰ ਤੇ ਦੇਖਿਆ ਮੁੰਡੇ ਨੇ? ਹਾਂਜੀ ਹਾਂਜੀ ਦੇਖਿਆ ਸੀ। ਹਾਂਜੀ ਇੰਡੀਆ ਹੋਏ ਸੀਗੇ ਸਾਰੇ। ਜਦੋਂ ਅੰਗੇਜਮੈਂਟ ਕੀਤੀ ਆ, ਵਿਆਹ ਫਿਰ 1 ਸਾਲ ਬਾਅਦ ਕੀਤਾ? ਹਾਂਜੀ ਹਾਂਜੀ ਫਰਵਰੀ ਦੇ ਮਹੀਨੇ ਮਤਲਬ ਇਸ ਸਾਲ ਮੇਰਾ ਵਿਆਹ ਹੋਇਆ। ਅੱਛਾ, ਇਸ ਸਾਲ ਚ ਹੋਇਆ, 2022-23 ਚ ਹੋਇਆ। ਮਨਪ੍ਰੀਤ, ਇਹ ਤੁਹਾਡਾ ਮਤਲਬ ਕੀ ਕਹੀਏ, ਕਰਮ ਤੇਰੇ ਕਿੰਨੇ ਮਾੜੇ ਲਿਖੇ ਨੇ ਰੱਬ ਨੇ। ਮਨਪ੍ਰੀਤ, ਤੁਸੀਂ ਮੈਨੂੰ ਦੱਸੋ ਕਿ ਤੁਹਾਡੇ ਹਸਬੈਂਡ ਦਾ ਨਾਮ ਜਿਹੜਾ ਆ ਉਹ ਅਮਰਬੀਰ ਸਿੰਘ, ਆਮ ਰਾਈਟ? ਹਾਂਜੀ ਹਾਂਜੀ ਅਮਰਬੀਰ। ਤੁਹਾਡੀ ਆਵਾਜ਼ ਜਿਹੜੀ ਆ, ਲੋਕੇਸ਼ਨ ਚੇਂਜ ਕਰੋ ਆਪਣੀ ਲੋਕੇਸ਼ਨ। ਐਕਚੁਅਲੀ ਥੋੜਾ ਵਿਲੇਜ ਏਰੀਆ ਨਾ, ਇੱਥੇ ਥੋੜੀ ਰੇਂਜ ਦੀ ਪ੍ਰੋਬਲਮ ਰਹਿੰਦੀ ਆ। ਤੁਸੀਂ ਘਰ ਦੀ ਸਹੀ ਲੋਕੇਸ਼ਨ ਤੇ ਬੈਠੀ ਹੋਈ ਆ? ਅੱਛਾ ਠੀਕ ਹੈ, ਹੁਣ ਠੀਕ ਹੈ। ਸੋ ਤੁਹਾਡਾ ਜਿਹੜਾ ਹਸਬੈਂਡ ਅਮਰਬੀਰ ਸਿੰਘ, ਇਹਦੀ ਉਮਰ ਕਿੰਨੀ ਆ? ਇਹਨਾਂ ਦਾ 1993 ਦਾ ਬਰਥ ਹੈ, 29 ਸਾਲ ਸ਼ਾਇਦ ਬਣਦੀ ਹੋਏਗੀ ਉਸ ਹਿਸਾਬ ਨਾਲ।
ਕਿਹੜੇ ਪਿੰਡ ਤੋਂ ਆ? ਇਹ ਬਾਸਰਪੁਰਾ ਪਿੰਡ ਤੋਂ। ਕਿਹੜਾ? ਬਾਸਰਪੁਰਾ। ਇੱਕ ਸੈਕਿੰਡ, ਤੁਸੀਂ ਲਿਖ ਕੇ ਭੇਜਿਆ? ਹਾਂ, ਨਹੀਂ ਨਹੀਂ ਲਿਖਿਆ ਨਹੀਂ। ਮੈਂ ਕਿਹਾ ਸੀ, ਮੈਨੂੰ ਸਮਝ ਨਹੀਂ ਆ ਰਹੀ ਕਿਹੜਾ ਪਿੰਡ ਆ ਤੁਸੀਂ ਪ੍ਰੋਨਾਂਸ। ਬਾਸਲ, ਬੀ ਏ ਐਸ ਏ ਆਰ ਪੀ ਯੂ ਆਰ ਏ। ਸਿੰਧ ਸਾਹਿਬ ਮੇਰੀ ਹੈਲਪ ਕਰੋ ਮਰ ਜਾ ਇੱਕ ਮਿੰਟ। ਬਾਸਰਪੁਰਾ, ਬੀ ਏ ਐਸ ਏ ਆਰ ਪੀ ਯੂ ਆਰ ਏ। ਬਾਸਰ, ਹਾਂਜੀ ਬਾਸਰ ਜੀ, ਬਾਸਰ ਜਿਵੇਂ ਬਾਸੀ ਤੇ ਬਾਸਰ। ਬਾਸਰਪੁਰਾ, ਤਹਿਸੀਲ ਕਿਹੜੀ ਆ? ਤਹਿਸੀਲ ਬਟਾਲਾ ਪੈਂਦੀ ਹੈ ਇਹਨਾਂ ਨੂੰ, ਸਹੁਰੇ ਪਿੰਡ ਵਾਲ ਨੂੰ। ਠੀਕ ਹੈ, ਇਹਨਾਂ ਦੇ ਫਾਦਰ ਦਾ ਨਾਮ ਕੀ ਹੈ? ਅਮਰਬੀਰ ਦੇ ਦਾ ਬਲਬੀਰ ਸਿੰਘ। ਮਾਤਾ ਜੀ? ਨਰਿੰਦਰ ਕੌਰ। ਮਨਿੰਦਰ? ਨਰਿੰਦਰ। ਓ, ਨਰਿੰਦਰ ਕੌਰ। ਥੋੜੀ ਉੱਚੀ ਬੋਲੋ, ਸਾਫ ਬੋਲੋ ਬੇਟਾ। ਹਾਂਜੀ ਹਾਂਜੀ, ਨਰਿੰਦਰ ਕੌਰ। ਕਿੰਨੇ ਭੈਣ ਭਰਾ ਨੇ ਤੁਹਾਡੇ? ਦੇਰ ਜੇਠ ਤੁਹਾਡੇ ਨਾਨਾ? ਚਾਰ ਭੈਣ ਭਰਾ ਨੇ। ਸਾਰੇ ਕਿਹੜੇ ਦੇਸ਼ ਵਿੱਚ ਨੇ? ਸਾਰੇ ਯੂ ਐਸ ਏ ਚ ਨੇ, ਅਮਰੀਕਾ ਵਿੱਚ ਨੇ। ਹਾਂਜੀ ਹਾਂਜੀ। ਕੋਈ ਆਈਡੀਆ ਤੁਹਾਨੂੰ ਕਿੰਨੇ ਸਮੇਂ ਤੋਂ ਰਹਿ ਰਹੇ ਨੇ? ਹਾਂਜੀ ਹਾਂਜੀ, ਤੁਹਾਨੂੰ ਕੋਈ ਪਤਾ ਕਿੰਨੇ ਸਮੇਂ ਤੋਂ ਰਹਿ ਰਹੇ ਨੇ ਪਰਿਵਾਰ ਬਾਹਰ? ਨਹੀਂ, ਮੈਨੂੰ ਇੰਨਾ ਨਹੀਂ ਪਤਾ। ਮੈਨੂੰ ਇੰਨਾ ਪਤਾ ਕਿ ਜਿਹੜੇ ਵੱਡੀ ਸਿਸਟਰ ਆ ਉਹ ਹੁਣੇ ਮਤਲਬ ਉਹਨਾਂ ਦਾ ਵੀਜ਼ਾ ਲੱਗਿਆ, ਹੁਣੇ ਗਏ ਆ, ਮਤਲਬ ਅਪ੍ਰੈਲ ਚ ਗਏ ਆ, ਉਹਨਾਂ ਦਾ ਪਤਾ ਮੈਨੂੰ। ਬਾਕੀਆਂ ਦਾ ਕਾਫੀ ਦੇਰ ਤੋਂ ਰਹਿ ਰਿਹਾ। ਜਿੱਦਾਂ ਮੇਰੇ ਹਸਬੈਂਡ ਜਿਹੜੇ ਆ ਉਹ ਸ਼ਾਇਦ 8th ਕਲਾਸ ਚ ਸੀਗੇ ਤੇ ਉਦੋਂ ਗਏ ਸੀਗੇ, ਤੇ ਫਾਦਰ ਤਾਂ ਪਹਿਲਾਂ ਤੋਂ ਮਤਲਬ ਰਹਿ ਰਹੇ ਸੀਗੇ। ਓਕੇ, ਹਾਂਜੀ। ਅਮਰਬੀਰ ਸਿੰਘ ਕਿਹੜੇ ਸ਼ਹਿਰ ਚ ਰਹਿੰਦੇ ਨੇ? ਅਮਰੀਕਾ ਦੇ ਕਿਹੜੀ ਸਟੇਟ ਵਿੱਚ ਆ? ਕੈਲੀਫੋਰਨੀਆ ਕੋਮਾ ਚ। ਹਾਂਜੀ, ਨਹੀਂ ਟਕੋਮਾ ਇਹਨਾਂ ਨੂੰ ਪੈਂਦਾ ਹੈ, ਵਾਸ਼ਿੰਗਟਨ। ਵਾਸ਼ਿੰਗਟਨ ਚ ਨੇ, ਜਿੱਥੇ ਕੱਲ ਤੂਫਾਨ ਆਇਆ ਸੀ। ਹਾਂਜੀ, ਪਤਾ ਨਹੀਂ ਇਹ ਤੂਫਾਨ ਦੇ ਵਿੱਚ ਠੀਕ ਠਾਕ ਨੇ? ਬਾਜੀ ਮੇਰੀ ਗੱਲ ਨਹੀਂ ਹੁੰਦੀ ਹੈਗੀ ਉਹਨਾਂ ਨਾਲ, ਮੈਨੂੰ ਕੁਛ ਪਤਾ ਨਹੀਂ ਕਿਉਂਕਿ ਮੈਨੂੰ ਸਾਰਿਆਂ ਨੇ ਬਲੌਕ ਕੀਤਾ ਹੋਇਆ ਤੇ ਮੇਰੀ ਕੋਈ ਗੱਲ ਨਹੀਂ ਹੁੰਦੀ। ਓਕੇ, ਇਹ ਕੰਮ ਕੀ ਕਰਦਾ ਹੈ ਅਮਰਬੀਰ? ਇਹ ਇਹਨਾਂ ਦਾ ਆਪਣਾ ਟਰਾਂਸਪੋਰਟੇਸ਼ਨ ਦਾ ਬਿਜ਼ਨਸ ਹੈ ਤੇ ਟਰੱਕ ਚਲਾਉਂਦੇ ਨੇ। ਆਪਣਾ ਟਰੱਕ ਇਹਨਾਂ ਦਾ? ਹਾਂਜੀ, ਆਪਣਾ ਹੈ। ਮੈਂ ਡਰਾਈਵਰ ਨੇ? ਹਾਂਜੀ ਹਾਂਜੀ। ਕਿੰਨਾ ਪੜ੍ਹੇ ਨੇ ਇਹ ਪੰਜਾਬ ਚ? 8? ਪੰਜਾਬ ਚ ਸ਼ਾਇਦ 8ਵੀਂ ਚ ਚਲੇ ਗਏ ਸੀਗੇ ਬਾਹਰ। ਇਹਨਾਂ ਕੋਲ ਤੁਸੀਂ ਵੇਖਿਆ ਕਿ ਪਾਸਪੋਰਟ ਕੈਨੇਡੀਅਨ ਨੇ ਜਾਂ ਅਮਰੀਕਨ ਹੈ? ਅਮਰੀਕਨ ਪਾਸਪੋਰਟ ਹੈ। ਅਮਰੀਕਨ ਹੈ, ਹਾਂਜੀ। ਤੁਹਾਡੀ ਸ਼ਾਦੀ ਧੂਮਧਾਮ ਨਾਲ ਹੋਈ ਫਿਰ ਇਸ ਸਾਲ ਦੇ ਵਿੱਚ? ਹਾਂਜੀ। ਕਿੰਨੇ ਕੁ ਲੋਕ ਆਏ ਸ਼ਾਦੀ ਚ? ਸ਼ਾਦੀ ਚ ਕਿੰਨੇ ਕੁ ਲੋਕ ਆਏ ਹੋਣਗੇ? ਵਿਆਹ ਚ ਕਿੰਨੇ ਲੋਕੀ ਆਏ? 400 ਕਹਿੰਦੇ ਵੀ ਲੋਕੀ ਆਏ ਹੋਣਗੇ, 400 ਬੰਦਾ। ਇਹ ਬੈਂਕਟ ਹਾਲ ਚ ਕੀਤਾ, ਰਿਜ਼ੋਰਟ ਵਿੱਚ ਕੀਤਾ ਵਿਆਹ? ਹਾਂਜੀ, ਰਿਜ਼ੋਰਟ, ਕ੍ਰਿਸਟਲ ਫਾਰਮ ਰਿਜ਼ੋਰਟ। ਮਨਪ੍ਰੀਤ, ਤੁਹਾਡੇ ਫਾਦਰ ਸਾਹਿਬ, ਤੁਹਾਡੀ ਮਦਰ ਹੈ, ਤੁਸੀਂ ਕਿੰਨੇ ਭੈਣ ਭਰਾ ਹੋ? ਮੈਂ ਅਸੀਂ ਦੋ ਭੈਣ ਭਰਾ ਨੇ, ਮੈਨੂੰ ਇੱਕ ਮੇਰੇ ਫਾਦਰ ਮਦਰ ਤੇ ਨਾਲ ਅਸੀਂ, ਮੇਰਾ ਇੱਕ ਬ੍ਰਦਰ ਹੈ ਨਾਲ। ਬ੍ਰਦਰ ਛੋਟਾ ਆਪ ਜੀ ਦਾ? ਹਾਂਜੀ, ਛੋਟਾ ਬ੍ਰਦਰ। ਤੁਹਾਡਾ ਕਾਰੋਬਾਰ ਕੀ ਹੈ? ਮੇਰਾ ਬ੍ਰਦਰ ਇੰਡੀਅਨ ਆਰਮੀ ਚ ਆ ਤੇ ਮੇਰੇ ਫਾਦਰ ਜਿਹੜੇ ਆ ਉਹ ਰਿਟਾਇਰ ਆ ਆਰਮੀ ਚੋਂ। ਆਰਮੀ ਚ, ਆਈ ਸਲੂਟ ਟੂ ਯੋਰ ਡੈਡ, ਦੇਸ਼ ਕੰਮ ਦੇ ਰਖਵਾਲੇ ਨੇ, ਮੈਂ ਉਹਨਾਂ ਨੂੰ ਸਲੂਟ ਕਰਦਾ। ਥੈਂਕ ਯੂ। ਸੋ ਇਹ ਨਿਕੰਮਾ ਆਦਮੀ, ਇਹ ਨਿਕੰਮੀ ਫੈਮਿਲੀ ਤੁਹਾਡੇ ਨਾਲ ਧੋਖਾ ਕਰ ਗਈ ਹੈ। ਤੁਹਾਡੀ ਸ਼ਾਦੀ ਜਿਹੜੀ ਆ, ਦੀ ਡੇਟ ਦੱਸੋ। 13 ਫਰਵਰੀ 2023। ਹਾਂਜੀ, ਸ਼ਾਦੀ ਤੁਹਾਡੀ ਹੋ ਜਾਂਦੀ ਹੈ। ਰਸਮਾਂ ਜਿਹੜੀਆਂ ਤੁਸੀਂ ਕੀਤੀਆਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਵਾਂ ਲਈਆਂ? ਹਾਂਜੀ ਹਾਂਜੀ। ਤੁਹਾਡੀ ਕਾਸਟ ਕੀ ਹੈ? ਮੇਰੀ ਸਾਡੀ ਸਰਾਂ। ਨਹੀਂ ਨਹੀਂ, ਕਾਸਟ ਕੀ ਹੈ ਮਤਲਬ ਤੁਹਾਡਾ? ਤੁਸੀਂ ਜੱਟ ਸਿੱਖ? ਜੱਟ ਸਿੱਖ ਹੋ, ਹਾਂਜੀ। ਤੁਹਾਡੀ ਸ਼ਾਦੀ ਵੇਲੇ ਸਾਰਾ ਪਰਿਵਾਰ, ਤੁਹਾਡੀ ਨਨਾਣਾ, ਤੁਹਾਡੇ ਦੇਰ ਜੇਠ, ਸੱਸ ਸਹੁਰਾ ਆਏ ਸੀ? ਹਾਂਜੀ, ਸਾਰੇ ਆਏ ਸੀਗੇ। ਕਿੰਨਾ ਖਰਚਾ ਕੀਤਾ ਇਹਨਾਂ ਨੇ? ਕੋਈ ਡਿਮਾਂਡ ਕੀਤੀ ਵਿਆਹ ਚ?
हाँ जी पहला ते मतलब पहला ते जो रोका होया सी कहंदे सी के पी सानू रोटी वधिया चाहीदी आ ते बाकी कपड़े जिदा फादर साहब कह के गए सी के पी सानू कपड़े दी नहीं चाहीदे पर बाद चो मतलब जदों व्याह नेड़े आ गया ते फिर मेरे मदर कहन लगे पी मतलब बंदियां नू की पता हुंदा पी कपड़े जड़े भी ओ लैणे आ फिर इन्हां ने मतलब साडे कोल मिलनियां भी मंगियां सीगियां गोल्ड दियां अच्छा मुंदियां भी मंगिया इन्होंने शर्म नहीं आई बाहर देश में रह के तुसी गए हो तुसी इंडिया जाके भुख दिखाल दे हो और इन्हें भी इन्हां ते पर्चा भी दर्ज हो सकता कानून के मुताबिक हाँ जी ये भी कहंदे सीगे भी जिहड़ा कपड़ा भी आ भी वह माड़ा ना होवे कपड़ा ना माड़ा माड़ा ना मत लायो ओके बड़ी इंटरेस्टिंग स्टोरी है सुनने वाली अगर तुसी सुनो खोया की लड़की दे नाल तुसी बवा के रहोगे और हो सकता कि मैं स्टोरी नूं बिचों ही पॉज कर जावां क्योंकि मैं जानना चाहना तुहाडे कोलों तुहाडी शादी 30 फरवरी 2023 हुंदी है शादी तो बाद किन्ना समा ए तुसी इस घर विच रहिंदे हो सारे परिवार च दो महीने मतलब मैं सारे परिवार रही हां जद कि 13 फरवरी तों लैके 13 अप्रैल तक रहे हो हां जी 12 अप्रैल नूं मतलब ए बाहर चले गए सी सारे ते मैं घरे आ गई सी अपने वापस अच्छा तो तुसी एयरपोर्ट ते छड के आए उहनां नूं नहीं एयरपोर्ट ते नहीं सी गए नाल मतलब घरों ही चले गए सी अच्छा तुसी घरों तोड़ दित्ता उहनां नूं हां जी 2 महीने तुसी ब्याह तों बाद ठीक ठाक रहे हां नहीं 2 महीने ठीक तां नहीं रही हैगी मतलब मैं काफी परेशान रही हां कि मैनूं बहुत मेरे हसबैंड ने मैनूं तंग बहुत कीता तंग तुहानूं किन्ने दिनां बाद करन लग पिया ਇਹ ਵਿਆਹ ਤੋਂ ਬਾਅਦ 4 ਦਿਨਾਂ ਬਾਅਦ ਹੀ ਮਤਲਬ ਉਹਨਾਂ ਨੇ ਮੈਨੂੰ ਰਾਤ ਨੂੰ ਸੁੱਤੀ ਪਈ ਨੂੰ ਮਤਲਬ ਜਿੱਦਾਂ ਧੱਕਾ ਬਹੁਤ ਜ਼ੋਰ ਦੀ ਮਾਰਿਆ ਹੋਲਡ ਆਨ ਸੁੱਤੀ ਪਈ ਨੂੰ 4 ਦਿਨਾਂ ਬਾਅਦ ਤੈਨੂੰ ਧੱਕਾ ਮਾਰਿਆ ਧੱਕਾ ਕਰਨਾ ਮਤਲਬ ਪੁੱਛ ਕੀਤਾ ਹੱਥਾਂ ਨਾਲ ਹਾਂਜੀ ਮੈਂ ਐਕਚੁਅਲੀ ਉਦੋਂ ਬਹੁਤ ਜ਼ਿਆਦਾ ਡਰ ਗਈ ਸੀ ਮੈਂ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ ਕਿ ਮਤਲਬ ਮੇਰਾ ਸਰੀਰ ਕੰਬਣ ਲੱਗ ਗਿਆ ਵੀ ਮੈਨੂੰ ਹੱਥ ਨਾਲ ਧੱਕਾ ਮਾਰਿਆ ਕਿ ਪੈਰ ਨਾਲ ਧੱਕਾ ਮਾਰਿਆ ਕਿਉਂਕਿ ਇੰਨੇ ਫੋਰਸ ਨਾਲ ਮਾਰਿਆ ਤੇ ਫਿਰ ਪੈਰ ਨਾਲ ਹੀ ਮਾਰਿਆ ਹੋ ਸਕਦਾ ਜਿੰਨਾ ਮੈਂ ਇੰਨਾ ਬੈੱਡ ਦਾ ਹਿੱਸਾ ਖਿਸਕ ਕੇ ਮੈਂ ਗਾਂ ਗਈ ਹਾਂ 14 ਦਿਨਾਂ ਬਾਅਦ ਇਹ ਤੁਹਾਡੀ ਲਾਈਫ ਵਿੱਚ ਆਈ ਤੁਹਾਡੀ ਘਰ ਵਾਲੀ ਤੇ ਤੁਸੀਂ ਧੱਕੇ ਮਾਰ ਰਹੇ ਹੋ ਬੈੱਡ ਤੋਂ ਔਰ ਰਾਤ ਦੇ ਸਮੇਂ ਸੁੱਤੇ ਪਏ ਸੀ ਤੁਸੀਂ ਜੋ ਧੱਕਾ ਮਾਰਿਆ ਇਹ ਸ਼ਰਾਬੀ ਸੀਗਾ ਹਾਂਜੀ ਇਹ ਸ਼ਰਾਬ ਪੀਂਦਾ ਆ ਹਾਂਜੀ ਡਰਿੰਕ ਕਰਦੇ ਨੇ ਮੈਂ ਪੂਰੀ ਮਤਲਬ ਇਹ ਸ਼ਰਾਬ ਰੱਜ ਕੇ ਪੀਂਦਾ ਆ ਨਹੀਂ ਡਰਿੰਕ ਕਰ ਲੈਂਦੇ ਹਾਂਜੀ ਮਤਲਬ ਬਾਬਾ ਸ਼ਰਾਬ ਪੀਂਦੇ ਨਹੀਂ ਕਿ ਥੋੜੀ ਬਹੁਤੀ ਮਤਲਬ ਪੂਰਾ ਸ਼ਰਾਬ ਰੋਜ਼ਾਨਾ ਪੀਂਦਾ ਇਹ ਨਹੀਂ ਮਤਲਬ ਰੈਗੂਲਰ ਨਹੀਂ ਮਤਲਬ ਹੁੰਦੀ ਤਾਂ ਓਕੇਜਨਲੀ ਆ ਪਰ ਹਾਂਜੀ ਪਰ ਕਰਦੇ ਡਰਿੰਕ ਆਈ ਸੀ ਹਾਂਜੀ ਤੁਹਾਨੂੰ ਇਹਨੇ ਫਿਜ਼ੀਕਲੀ ਤੌਰ ਤੇ ਟੱਚ ਕੀਤਾ ਮਤਲਬ ਫਿਜ਼ੀਕਲੀ ਤੌਰ ਤੇ ਸਾਨੂੰ ਇਹਨੇ ਕੁੱਟਮਾਰ ਤਾਂ ਕੀਤੀ ਮੈਨੂੰ ਧੱਕਾ ਮਾਰਿਆ ਤੇ ਮੇਰਾ ਮਤਲਬ ਇੱਕ ਵਾਰੀ ਮੇਰਾ ਸਾਹ ਮਤਲਬ ਜਿੱਦਾਂ ਰੁਕਿਆ ਆ ਮੇਰੇ ਮਤਲਬ ਉੱਪਰ ਚੜ ਕੇ ਉੱਤੇ ਰਜਾਈ ਵੀ ਸੀਗੀ ਤੇ ਮਤਲਬ ਆਪ ਵੀ ਲੰਮੇ ਪੈ ਗਏ ਤੇ ਮੇਰਾ ਜਿੱਦਾਂ ਸਾਹ ਜਾਂ ਮੈਂ ਕਿਹਾ ਵੀ ਮੇਰਾ ਤੁਹਾਡਾ ਵੇਟ ਜ਼ਿਆਦਾ ਕਿ ਮੇਰਾ ਸਾਹ ਰੁਕ ਰਿਹਾ ਆ ਮੈਂ ਤੁਹਾਡੇ ਸਰੀਰ ਦੇ ਉੱਪਰ ਬੈਠ ਗਿਆ ਇਹ ਹਾਂ ਲੰਮੇ ਪੈ ਗਏ ਉੱਤੇ ਤੇ ਮਤਲਬ ਰਜਾਈ ਵੀ ਸੀਗੀ ਉੱਤੇ ਤੇ ਮੈਨੂੰ ਥੋੜੀ ਸਫੋਕੇਸ਼ਨ ਹੋਣ ਲੱਗ ਗਈ ਮਤਲਬ ਇਹਨਾਂ ਨੇ ਡਰਿੰਕ ਵੀ ਕੀਤੀ ਸੀ ਉਹਦੀ ਸਮੈਲ ਵੀ ਮੈਨੂੰ ਚੜ੍ਹ ਰਹੀ ਕਿਉਂਕਿ ਮੈਂ ਪਹਿਲਾਂ ਅੱਗੇ ਮਤਲਬ ਮੇਰੀ ਫੈਮਿਲੀ ਚ ਕਿਸੇ ਨੇ ਕੋਈ ਕਰਦਾ ਨਹੀਂ ਤੇ ਮੈਨੂੰ ਇਸ ਦੀ ਸਮੈਲ ਤੋਂ ਕਾਫੀ ਪ੍ਰੋਬਲਮ ਹੁੰਦੀ ਹੈ ਤੇ ਮੈਨੂੰ ਥੋੜਾ ਜਿਹਾ ਮੈਨੂੰ ਆਈ ਅੰਡਰਸਟੈਂਡ ਤੁਹਾਡੇ ਸਰੀਰ ਦੇ ਉੱਪਰ ਪੈ ਗਿਆ ਲੰਮਾ ਤੇ ਸ਼ਾਬੀ ਸੀਗਾ ਇਹ ਹਾਂਜੀ ਇਹ ਸਮਾਂ ਰਾਤ ਦਾ ਸੀ ਦਿਨ ਦਾ ਸੀ ਰਾਤ ਦਾ ਸੀਗਾ ਅੱਛਾ ਤੇ ਤੁਹਾਨੂੰ ਫਿਰ ਤੁਹਾਡਾ ਸਾਹ ਘੁੱਟ ਹੋ ਗਿਆ ਹਾਂਜੀ ਹਾਂਜੀ ਤੁਸੀਂ ਮਹਿਸੂਸ ਕਰ ਰਹੇ ਸੀ ਕਿ ਮੈਂ ਮਰਨ ਲੱਗੀ ਹਾਂ ਹਾਂਜੀ ਹਾਂਜੀ ਬਹੁਤ ਫਿਰ ਤੁਸੀਂ ਇੱਕ ਦੋ ਮਿੰਟ ਤੇ ਫਿਰ ਤੁਸੀਂ ਫਿਰ ਕੀ ਕਿਹਾ ਇਹਨੂੰ ਬੰਦੇ ਨੂੰ ਇਹ ਫਿਰ ਤੁਹਾਡੇ ਸਰੀਰ ਤੋਂ ਅਟਕੜਿਆ ਮੈਂ ਇਹਨਾਂ ਨੂੰ ਮਤਲਬ 3-4-5 ਵਾਰੀ ਕਿਹਾ ਕਿ ਮੇਰਾ ਸਾਹ ਘੁੱਟ ਰਿਹਾ ਵੀ ਉੱਤੋਂ ਉਤਰੇ ਨੀ ਮਤਲਬ ਉੱਤੇ ਹੀ ਮਤਲਬ ਮੈਂ ਪੈ ਰਹੇ ਮੈਨੂੰ ਜਿੱਦਾਂ ਮਤਲਬ ਮੇਰਾ ਮਤਲਬ ਜਿੱਦਾਂ ਜ਼ਬਾਨ ਜੀ ਪਿੱਛੇ ਖਿੱਚੀ ਜਾਂਦੀ ਹੈ ਤੇ ਮੈਨੂੰ ਏਦਾਂ ਫੀਲ ਹੋਣ ਲੱਗ ਗਿਆ ਤੇ ਫਿਰ ਮਤਲਬ ਮੈਂ ਕਾਹਲੀ ਕਾਹਲੀ ਬੋਲਣ ਲੱਗੀ ਮੇਰਾ ਸਾਹ ਰੁਕ ਗਿਆ ਸਾਹ ਰੁਕ ਗਿਆ ਪਰ ਵੇਖਣ ਨੂੰ ਤਾਂ ਇੰਨਾ ਇਹ ਮੋਟਾ ਨਹੀਂ ਲੱਗਦਾ ਕਿੰਨੀ ਹਾਈਟ ਹੈ ਇਹਦੀ 6'2" ਦੇ ਲਾਗੇ ਹੋਏਗੀ ਇਹ ਮੋਟਾ ਹੈ ਨਹੀਂ ਮੋਟੇ ਤਾਂ ਨਹੀਂ ਹੈ ਪਤਲੇ ਹੈ ਆਈ ਸੀ ਓਕੇ ਤੁਸੀਂ ਮਤਲਬ ਇਹਦਾ ਭਾਰ ਨਹੀਂ ਸਹਾਰ ਸਕੇ ਤੇ ਤੁਹਾਨੂੰ ਸਾਹ ਘੁੱਟਣ ਦੀ ਪ੍ਰੋਬਲਮ ਆ ਗਈ ਓਕੇ ਐਨੀਵੇ ਤੁਸੀਂ 13 ਫਰਵਰੀ ਨੂੰ ਤੁਹਾਡੀ ਸ਼ਾਦੀ ਹੋਈ ਆ ਟੈਲ ਮੀ ਟਰੂ ਵਿਆਹ ਤੋਂ ਪਹਿਲਾਂ ਤੁਸੀਂ ਇਕੱਠੇ ਹੋਏ ਆ ਇੱਕ ਦੂਜੇ ਨੂੰ ਫਿਜ਼ੀਕਲ ਤੌਰ ਤੇ ਅਟਰੈਕਟ ਕੀਤਾ ਦੂਜੇ ਨੂੰ ਤੁਸੀਂ ਮਿਲੇ ਹੋ ਬਾਹਰ ਖਾਣਾ ਖੁਣਾ ਖਾਣ ਗਏ ਹੋ ਕੱਪੜੇ ਖਰੀਦਣ ਗਏ ਹੋ ਵਿਆਹ ਦੇ ਹਾਂਜੀ ਕੱਪੜੇ ਖਰੀਦਣ ਗਏ ਆ ਇਕੱਠੇ ਮਤਲਬ ਫੈਮਿਲੀ ਮੈਂਬਰਸ ਨਾਲ ਮਤਲਬ ਇਕੱਲੇ ਨਹੀਂ ਗਏ ਤੁਸੀਂ ਇਕੱਲੇ ਨਹੀਂ ਗਏ ਪਹਿਲਾਂ
ਅੱਛਾ ਹਾਂ ਜੀ ਓਕੇ ਸੋ ਟੈਲੀਫੋਨ ਤੇ ਗੱਲਬਾਤ ਹੁੰਦੀ ਰਹੀ ਤੁਹਾਡੀ हां जी फोन ते मतलब पहला जदा मेरी एंगेजमेंट हुई सीगी ते 2 महीने में 2 महीने पहले 2 महीने ता मेनू रोज फोन करदे सीगे हां ते फिर उस तो बाद इन्होंने मेनू मतलब चैट ते मतलब एदा किया कि मैं मतलब बाहर इंडियन स्टोर ते गया सीगा मेनू ओथे एक मतलब लड़की मिली सी मेरे वाल बड़ा देख रही सीगी ते उस तो बाद इन्होंने मेनू मेरा मतलब मैं वेट कर रही थी मेरा फोन जेड़ा कॉल चुकदे नहीं सीगे मतलब उस तो बाद इदा होण लग गया भी मेरे मैसेज जेड़े 15-15 दिन तक सीन नहीं सी करदे ते मैं मतलब ये गल्लां इन्हां दे पेरेंट्स नूं भी दसियां वा मतलब मेरे को चैट च भी प्रूफ हैगा कि मैं इन्हां दे पेरेंट्स नूं भी मैंशन मतलब कीता है कि मेरे नाल गल नहीं करदे आ फिर ओह मैनूं कहिंदे उन्हां ने मैनूं इदा कहा कि इहदा नेचर ही इदां दा आ जनवरी मतलब 2-3 दिन बाद रोज फोन लाने फोन मेरा चुकदे नहीं सीगे ते मतलब जनवरी दे महीने च सिर्फ एक बारी मतलब इन्होंने मैनूं फोन कॉल कीती ओह वी मतलब कहिंदे सीगे मैनूं मेरी सिस्टर ने मतलब क्या जो घर दे फोर्स करदे सीगे भी उन्हें तू फोन कर तू फोन नहीं करदा लाउंदा नहीं जो सारे मतलब कहंदे सीगे ते फिर फोन मैनूं करदे सीगे मैं समझ गया उस तो बाद फिर इह जदों चुकदे सी गलबात होई ते तुसीं उहदे बावजूद भी फिर ब्याह करा लिया ना हां जी हां जी नहीं मैरिज तां मैनूं मैनूं लग्गिया भी मैं ही ज्यादा सोचदी पई आं कि नहीं भी ठीक ने सारा परिवार बाकी परिवार मेरे नाल मतलब वधिया तरीके नाल गल करदा सीगा अच्छा इह कहते कि कुड़ी मैनूं वेखदी आ तां उहदा फिर गल्लां कर लग पए इह2 महीने ਤੇ ਤੁਸੀਂ ਰਿਲੇਸ਼ਨ ਬਣਾਇਆ ਨਹੀਂ ਹਸਬੰਡ ਵਾਈਫ ਨੇ ਤੁਸੀਂ ਆਪਣੇ ਸਰੀਰਕ ਸੰਬੰਧ ਕਾਇਮ ਨਹੀਂ ਕੀਤੇ ਨਹੀਂ ਨਹੀਂ ਇਹਨਾਂ ਨੇ ਰਿਲੇਸ਼ਨ ਬਣਾਇਆ ਨਹੀਂ ਹੈਗਾ ਜੀ ਸ਼ੋਰ ਕਾਫੀ ਵਾਰੀ ਕਿਹਾ ਕਿ ਮਤਲਬ ਹਾਂਜੀ ਸ਼ੋਰ ਕਿ ਮੈਂ ਕਾਫੀ ਵਾਰੀ ਕਿਹਾ ਕਿ ਮਤਲਬ ਤੁਸੀਂ ਰਿਲੇਸ਼ਨ ਨਹੀਂ ਬਣਾਉਂਦੇ ਮੇਰੇ ਨਾਲ ਤੇ ਉਹ ਕਹਿੰਦੇ ਕਿ ਮਤਲਬ ਕਹਿਣਾ ਮੈਂ ਕੱਲ ਬਣਾਉਂਗਾ ਮੈਂ ਪਰਸੋਂ ਬਣਾਉਂਗਾ ਫਿਰ ਜਦੋਂ ਇੰਡੀਆ ਜਾ ਮਤਲਬ ਬਾਹਰ ਬਣ ਜਾਂਦਾ ਥੋੜਾ ਟਾਈਮ ਲੱਗਦਾ ਫਿਰ ਕਹਿੰਦੇ ਮੈਂ ਬਾਹਰ ਜਾ ਕੇ ਰਿਲੇਸ਼ਨ ਬਣਾਉਣਾ ਕਿ ਮੈਂ ਬੇਬੀ ਇੱਧਰ ਨਹੀਂ ਕਰਨਾ ਮੈਂ ਬਾਹਰ ਜਾ ਕੇ ਕਰਨਾ ਆ ਤੇ ਮਤਲਬ ਇਦਾਂ ਮਤਲਬ ਨਹੀਂ ਟੈਲ ਮੀ ਟਰੂ ਇੱਕ ਮਿੰਟ ਮੈਂ ਪੌਜ਼ ਲੈ ਰਿਹਾ ਮੈਂ ਮੇਕ ਸ਼ੁਰ ਹੋਣਾ ਚਾਹੁੰਦਾ ਕਿ ਵਿਆਹ ਹੋਇਆ ਹੋਵੇ ਰੀਅਲ ਵਿਆਹ ਹੋਇਆ ਔਰ ਤੁਹਾਡਾ ਕਿੰਨਾ ਵਿਆਹ ਤੇ ਖਰਚਾ ਹੋਇਆ ਵਿਆਹ ਤੇ 45 ਲੱਖ ਦੇ ਲਾਗੇ ਸ਼ਾਇਦ ਖਰਚਾ ਇੰਨਾ ਕ 45 ਲੱਖ ਰੁਪਏ ਤੁਸੀਂ ਖਰਚਿਆ ਤੇ ਰਿਲੇਸ਼ਨ ਇਹਨੇ ਬਣਾਏ ਨਹੀਂ ਤੁਹਾਡੇ ਨਾਲ ਤੇ ਤੁਸੀਂ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਮੈਂ ਕੋਸ਼ਿਸ਼ ਕੀਤੀ ਇਹਨਾਂ ਨੂੰ ਮਤਲਬ ਟੱਚ ਕਰਨ ਦੀ ਵੀ ਕੋਸ਼ਿਸ਼ ਕੀਤੀ ਮੈਂ ਇਹਨਾਂ ਨੂੰ ਮਤਲਬ ਬੋਲਿਆ ਵੀ ਕਿ ਤੁਸੀਂ ਰਿਲੇਸ਼ਨ ਨਹੀਂ ਮੇਰੇ ਨਾਲ ਬਣਾਉਂਦੇ ਪਰ ਨਹੀਂ ਬਈ ਉਹਨਾਂ ਨੇ ਉਹਨਾਂ ਦੀ ਮਰਜ਼ੀ ਆਪਣੀ ਨਹੀਂ ਉਹਨਾਂ ਨੇ ਮਤਲਬ ਮੇਰੇ ਨਾਲ ਫਿਜ਼ੀਕਲ ਨਹੀਂ ਮਤਲਬ ਹੋਏ ਵਾਟ ਇਜ਼ ਦਿਸ ਇਹ ਤੁਹਾਡਾ ਵਿਆਹ ਆ ਜਾਂ ਇਹ ਕੀ ਆ ਵਿਆਹ ਤੋਂ ਕਾਦੀ ਹੋਈ ਹੈ ਤੁਹਾਡੀ ਬਰਬਾਦੀ ਹੋ ਗਈ ਜ਼ਿੰਦਗੀ ਦੀ ਬੇਟਾ ਹਾਂਜੀ ਤੁਹਾਨੂੰ ਇਹਨੇ ਤੁਹਾਡੇ ਸਰੀਰ ਨੂੰ ਬਿਲਕੁਲ ਟੱਚ ਨਹੀਂ ਰਿਹਾ ਆਪਣੀ ਗਲਵੱਕੜੀ ਵਿੱਚ ਲਿਆ ਨਹੀਂ ਇਹਨੇ ਤੁਹਾਨੂੰ ਪਿਆਰ ਨਹੀਂ ਦਿੱਤਾ ਜੋ ਹਸਬੈਂਡ ਦਿੰਦਾ ਆਪਣੀ ਧਰਮ ਪਤਨੀ ਨੂੰ ਨਹੀਂ ਨਹੀਂ ਧਰਮ ਪਤਨੀ ਦੇਖ ਲਓ ਕਿ ਪੰਜਾਬੀ ਵਿੱਚ ਇੱਕ ਅਮੀਰ ਸਾਡੀ ਭਾਸ਼ਾ ਇੰਨੀ ਆ ਕਿੰਨਾ ਕੁਛ ਇਹਦੇ ਵਿੱਚ ਧਰਮ ਪਤਨੀ ਸਾਨੂੰ ਧਰਮ ਪਤਨੀ ਦਾ ਸਤਿਕਾਰ ਨਹੀਂ ਦਿੱਤਾ ਗਿਆ ਤੇ ਅਸੀਂ ਪਿਆਰ ਕਰ ਲਈ ਸਤਿਕਾਰ ਕਰ ਲਈ ਗੱਲ ਇੱਕ ਹੈ ਵਿਦ ਰਿਸਪੈਕਟ ਅਸੀਂ ਕਹਾਂਗੇ ਕਿ ਤੁਹਾਨੂੰ ਉਹ ਰਿਸਪੈਕਟ ਨਹੀਂ ਮਿਲੀ ਪਤਨੀ ਵਾਲੀ ਹਾਂਜੀ ਤੁਸੀਂ ਬਿਲਕੁਲ ਤੁਸੀਂ ਇਹਨੂੰ ਇਹ ਤਾਂ ਨਹੀਂ ਕੋਈ ਸ਼ੱਕ ਪੈ ਗਈ ਕਿ ਤੁਸੀਂ ਪੜ੍ਹੇ ਲਿਖੇ ਹੋ ਕਾਲਜ ਗਏ ਹੋ ਕਿਵੇਂ ਬੱਚੇ ਜਿਹੜੇ ਨੇ ਸਕੂਲ ਕਾਲਜ ਜਾਂਦੇ ਅਟਰੈਕਟ ਹੋ ਜਾਂਦੇ ਨੇ ਇੱਕ ਦੂਜੇ ਬੱਚੇ ਪਿਆਰ ਕਰ ਲੱਗ ਪੈਂਦੇ ਨੇ ਕੋਈ ਤੁਹਾਡੀ ਗੱਲਬਾਤ ਤਾਂ ਨਹੀਂ ਸੀ ਕਿਸੇ ਪਹਿਲਾਂ ਬੱਚੇ ਨਾਲ ਇਹਨੂੰ ਪਤਾ ਲੱਗ ਗਿਆ ਹੋਵੇ ਜਿਹੜੀ ਤੁਸੀਂ ਲੁਕੋਈ ਆ ਨਹੀਂ ਨਹੀਂ ਏਦਾਂ ਦੀ ਕੋਈ ਗੱਲਬਾਤ ਨਹੀਂ ਸੀ ਨਹੀਂ ਮੈਂ ਮਤਲਬ ਵਧੀਆ ਘਰ ਨੂੰ ਬਿਲੋਂਗ ਕਰਦੀ ਹਾਂ ਮੈਂ ਆਪਣੇ ਫਾਦਰ ਦੀ ਮਰਜ਼ੀ ਨਾਲ ਹੀ ਮਤਲਬ ਵਿਆਹ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਡੀ ਨਾਲ ਹੀ ਮਰਜ਼ੀ ਨਾਲ ਹੀ ਵਿਆਹ ਕਰਾਉਣਾ ਸੋ ਤੁਹਾਡੇ ਫਾਦਰ ਸਾਹਿਬ ਦੀ ਇਹ ਸਾਰੀ ਮਤਲਬ ਪਰਿਵਾਰ ਨੂੰ ਦੇਖਣਾ ਉਸ ਤੋਂ ਬਾਅਦ ਅੰਗੇਜਮੈਂਟ ਕਰਨੀ ਉਹਨਾਂ ਦੀ ਰਾਏ ਉਹਨਾਂ ਦਾ ਜੋ ਵੀ ਫੈਸਲਾ ਆ ਉਹ ਉਹਨਾਂ ਦਾ ਫਾਦਰ ਦਾ ਫੈਸਲਾ ਤੁਹਾਡੇ ਦਾ ਹੈਂਜੀ ਉਹ ਤੁਸੀਂ ਸਭ ਕੀਤਾ ਹਾਂਜੀ ਹਾਂਜੀ ਤੁਸੀਂ 2 ਮਹੀਨੇ ਵਿਆਹ ਰਿਹਾ ਆ ਤੁਹਾਨੂੰ ਟੱਚ ਨਹੀਂ ਕੀਤਾ ਤੁਸੀਂ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂਜੀ ਹਾਂਜੀ ਮੈਂ ਮਤਲਬ ਕਾਫੀ ਟਰਾਈ ਕੀਤਾ ਕਿ ਨਹੀਂ ਪਰ ਉਹ ਮਤਲਬ ਨਹੀਂ ਰਿਸਪੌਂਡ ਕਰਦੇ
मैं शब्द यूज करा कि ब्याह हो पर ब्याह नहीं हाले भी कुआरे हो अनब्याह हो शक पै गया होवे और दूजे गल है कि तुहाडे हसबैंड ने तुहानूं टच नहीं कीता ते तुसी वी जिंदगी विच की खट्टिया बेटा 31 साल की उम्र हो गई है तुसी अपने शरीर जिंदगी किन्ना कष्ट दिता होगा थोड़े माँ प्यो ने किन्ने दुखों के नाल तेनों बेटा जन्म दिता होगा माता ने किन्नी तकलीफ लै होगी जन्म देने वेले तो हूँ उस तो बाद तकलीफ थोड़े माता पिता ने होनी एक साड़ी धी ब्याही हो भी अणब्याही आज रोवो ना डोंट क्राई मतलब चंडीगढ़ लैके आए चंडीगढ़ भी रुके नी रात नू मतलब उदो मेनु वापस लै आए मतलब उथे चंडीगढ़ भी रुके नी हैगे रात नू क्योंकि कहंदे सीगे भी मतलब तुहानू प्रूफ देना पैना इत्थे रात नू रुकण लई ते इन्हां दे पासपोर्ट वगैरा बाहर दे सीगे पासपोर्ट सीगे बलवीर अपने लड़के दे फादर सत श्री अकाल जी सत श्री अकाल बलबीर सिंह मैं कैनेडा तो बोल रहा जोगिंदर वासी और वासी शो तुसी वेखदे होवोगे सुनदे होवोगे जरूर हाँ जी थोड़ी नो राणी जिसका नाम मनप्रीत है और ब्याही हुई अणबने ब्याही दस रही है अते वो क्लेम कर रही है कि थोड़े लड़के ने शरीरक संबंध बिल्कुल नहीं बनाए अते 45 लाख रुपया उन्होंने अपनी जिंदगी का जिहड़ी सख्त कमाई है तुहानू खड़ाई है अते तुसीं हुण उन्होंने ब्लॉक कर चुके हो उन्होंने गल तालमेल रखी है कारण की है मैं ड्राइव कर रहा मैं दस रहा अच्छा मैं गल नहीं करता ड्राइव कर रहा मैं ट्रक चला रहा नहीं ट्रक तुसीं चला रहे हो तुसीं ट्रक तो चला रहे हो पर जिहड़ी जिंदगी बर्बाद करके आए हो जिम्मेवार कौन है तुसीं जिम्मेवार हो मैं जिम्मेवार है हाँ और जिंदगी कुड़ी बर्बाद करके आयो और केस जो मुकदमा चला रहे हैं सब सिखा रहे हैं किस तरह गल करी तरीम बलबीर सिंह होश में जान के गल कर तेन मैनर चाहिए गल कर दे किसी होश ना गल कि करी दी है अपनी जबान लगाम दे अते प्रॉपर गल कर शर्म चाहिए है तेनू गल कर लगे नू अमेरिका आके तुसी आ सकिया एक कुड़ी की जिंदगी बर्बाद किया वह भी उस परिवार की धी है जिसने देश कौम का रखवाला रहा हो मिलट्री में अपना जीवन किन्ना रिस्क इनवॉल्व है देश के वास्ते लोगों बचाया होना धोखा किया हो एक पढ़ी लिखी लड़की नाल शर्म चाहिए है कि मैनू उल्टा कह रहा कि थानू जी चाहिए है शर्म तेन शेम मनप्रीत थोड़ा जो सहरा है यह बदतमीज आदमी है
ਆਓ ਬਰਬਾਦ ਕਰੀਦਾ ਫੋਟੋ ਵਗੈਰਾ ਹੈ ਤੁਹਾਡੇ ਕੋਲ ਮੇਰੇ ਹਸਬੈਂਡ ਦੀ ਫੋਟੋ ਹੈ ਜੀ ਮੈਂ ਤੁਹਾਨੂੰ ਤੁਹਾਡੇ ਸਾਰੇ ਫੋਟੋ ਹੈ ਮਨਪ੍ਰੀਤ ਕੌਰ ਆ ਔਰ ਅਸੀਂ ਤੁਹਾਡੇ ਫਾਦਰ ਸਾਹਿਬ ਜਿਹੜੇ ਨੇ ਕਿੰਨਾ ਸਮਾਂ ਸਰਵਿਸ ਕੀਤੀ ਉਹਨਾਂ ਨੇ ਆਪਣੇ ਦੇਸ਼ ਕੰਮ ਦੇ ਰਖਵਾਲੇ ਰਹੇ ਨੇ ਪਾਪਾ ਦੇ ਕਿੰਨੀ ਦੇਰ ਸਰਵਿਸ ਕੀਤੀ ਹੈ ਹਾਂਜੀ ਕਿੰਨੀ ਦੇਰ ਕੰਮ ਕੀਤਾ ਆਰਮੀ ਚ 18 ਸਾਲ ਨੇ ਅੱਛਾ ਤੁਸੀਂ ਤੁਹਾਨੂੰ ਤੁਸੀਂ ਆਪਣੀ ਸੱਸ ਨੂੰ ਦੱਸਿਆ ਨਨਾਣ ਨੂੰ ਦੱਸਿਆ ਕਿ ਮੈਂ ਇਹਨਾਂ ਹਾਲਾਤਾਂ ਵਿੱਚ ਹੀ ਬੀਤ ਰਹੀ ਹਾਂ ਹਾਂਜੀ ਮੈਂ ਸਾਰੇ ਨੂੰ ਮਤਲਬ ਕਹਿੰਦੀ ਰਹੀ ਹਾਂ ਪਰ ਸਾਰੇ ਇਹਨੂੰ ਗੁੱਸੇ ਵੀ ਮਤਲਬ ਹਸਬੈਂਡ ਮੇਰੇ ਨੂੰ ਹੁੰਦੇ ਕਿ ਤੂੰ ਉਹਨੂੰ ਬੁਲਾਉਂਦਾ ਨਹੀਂ ਹੈਗਾ ਮਤਲਬ ਉਹਨਾਂ ਗੱਲ ਨਹੀਂ ਕਰਦਾ ਮਤਲਬ ਮੇਰੇ ਨਾਲ ਗੱਲ ਨਹੀਂ ਕਰਦੇ ਹੁੰਦੇ ਮੈਂ ਮਤਲਬ ਆਪਣੇ ਰੂਮ 'ਚ ਜਾਂਦੀ ਮੈਂ 3-4 ਵਾਰੀ ਆਵਾਜ਼ ਦਿੰਦੀ ਮੈਨੂੰ ਅੱਗੋਂ ਜਵਾਬ ਨਹੀਂ ਸੀ ਦਿੰਦੇ ਹੈਗੇ ਤੇ ਮੈਂ ਮਤਲਬ ਉਹ ਡਾਂਟਦੇ ਰਹਿੰਦੇ ਕਿ ਉਹ ਸਾਰੀ ਫੈਮਿਲੀ ਮੈਨੂੰ ਮਤਲਬ ਗੁੱਸੇ ਹੁੰਦੇ ਸੀਗੇ ਵੀ ਤੂੰ ਉਹਨੂੰ ਘੁਮਾਉਣ ਵੀ ਨਹੀਂ ਲੈ ਕੇ ਜਾਂਦਾ ਉਹਨਾਂ ਬੋਲਦਾ ਨਹੀਂ ਗੁੱਸੇ ਹੁੰਦੇ ਸੀਗੇ ਪਰ ਮਤਲਬ ਉਹ ਮਤਲਬ ਲੜਕਾ ਸਮਝਦਾ ਨਹੀਂ ਸੀਗਾ ਮਤਲਬ ਤੁਹਾਡੀ ਨਡਾਨਾ ਵੀ ਕਹਿੰਦੀ ਸੀ ਆ ਹਾਂਜੀ ਸਾਰੇ ਮਤਲਬ ਉੱਡ ਕੇ ਪੈ ਜਾਂਦੇ ਸੀ ਗੱਲ ਵੀ ਤੂੰ ਕਿਉਂ ਮਤਲਬ ਉਹਦੇ ਨਾਲ ਏਦਾਂ ਬਿਹੇਵ ਕਰਦਾ ਪਿਆ ਆ ਵੀ ਕਿਉਂ ਉਹਦੇ ਨਾਲ ਮਤਲਬ ਏਦਾਂ ਮੈਂ ਮਤਲਬ ਰੋਜ਼ ਰੋਂਦੀ ਸੀਗੀ ਇਸ ਚੀਜ਼ ਨੂੰ ਲੈ ਕੇ ਤੇ ਨਾਲ ਰਾਤ ਨੂੰ ਮੈਨੂੰ ਜਿੱਦਾਂ ਇਹਨਾਂ ਸਲੀਪਿੰਗ ਟਾਈਮ ਜਿੱਦਾਂ ਰਾਤ ਨੂੰ ਸੌਣ ਦਾ ਟਾਈਮ ਹੁੰਦਾ ਸੀਗਾ ਇਹ ਮੋਸਟਲੀ ਫੋਨ ਚਲਾਉਂਦੇ ਰਹੇ ਸੀਗੇ ਤੇ 2 ਵਜੇ ਜਾਂ 3 ਵਜੇ ਇਹਨਾਂ ਨੇ ਸੌਣਾ ਤੇ ਮੈਂ ਕਹਿੰਦੀ ਰਹਿਣਾ ਵੀ ਲਾਈਟ ਚੱਲਦੀ ਹੈ ਆਵਾਜ਼ ਆਉਂਦੀ ਮੈਨੂੰ ਨੀਂਦ ਨਹੀਂ ਆ ਰਹੀ ਲੱਗੇ ਤੇ ਮੈਨੂੰ ਕਹਿੰਦੇ ਤੂੰ ਸਵੇਰੇ 7 ਵਜੇ ਉੱਠਣਾ ਤੇ ਮੇਰੀ ਰਾਤ ਨੂੰ ਨੀਂਦ ਨਹੀਂ ਮੈਂ 3-4 ਘੰਟੇ ਤੋਂ ਬਾਅਦ ਛੁੱਟੀ ਨਹੀਂ ਹੈਗੀ ਰਾਤ ਤੇ ਨਾਲੇ ਮੈਂ ਟੈਨਸ਼ਨ 'ਚ ਵੀ ਰਹਿਣਾ ਕਿ ਮੇਰੇ ਨਾਲ ਰਿਲੇਸ਼ਨ ਨਹੀਂ ਬਣਾਉਂਦੇ ਤੇ ਮੇਰੇ ਨਾਲ ਬੋਲਦੇ ਨਹੀਂ ਆ ਤੇ ਮੈਨੂੰ ਰਾਤ ਨੂੰ ਵੈਸੇ ਨੀਂਦ ਨਹੀਂ ਆਉਂਦੀ ਮੈਂ ਇੱਦਾਂ ਹੀ ਮਤਲਬ 3-4 ਘੰਟੇ ਤੋਂ ਬਾਅਦ ਛੁੱਟੀ ਵੀ ਨਹੀਂ ਹੈਗੀ ਮਤਲਬ ਘਰ ਤੇ ਤੁਹਾਡੀ ਜਿਹੜੀ ਸੱਸ ਹੈ ਉਹ ਮਾਂ ਹੁੰਦੀ ਹੈ ਕਿਸਮ ਦੀ ਤੁਸੀਂ ਆਪਣਾ ਦੁੱਖ ਫੋਲਿਆ ਆਪਣੀ ਮਾਂ ਅੱਗੇ ਕਿ ਆਹ ਚੀਜ਼ ਹੋ ਰਹੀ ਮੇਰੇ ਨਾਲ ਉਹਨਾਂ ਨੂੰ ਹਾਂਜੀ ਮੈਂ ਉਹਨਾਂ ਨੂੰ ਜਾ ਕੇ ਮਤਲਬ ਦੱਸਦੀ ਰਹੀ ਹਾਂ ਉਹ ਗੁੱਸੇ ਵੀ ਹੁੰਦੇ ਰਹੇ ਇਹਨੂੰ ਵੀ ਤੂੰ ਮਤਲਬ ਕਿਉਂ ਫੋਨ ਚਲਾਉਂਦਾ ਰਹਿੰਦਾ ਆ ਸਾਰੇ ਇਹਨੂੰ ਕਹਿੰਦੇ ਰਹੇ ਆ ਮਤਲਬ ਆਪਣੇ ਨਹੀਂ ਫੋਨ ਦੀ ਗੱਲ ਵੱਖਰੀ ਹੈ ਪਰ ਤੁਹਾਡੇ ਨਾਲ ਰਿਲੇਸ਼ਨ ਦੀ ਮੈਂ ਗੱਲ ਕਰ ਰਿਹਾ ਹਾਂਜੀ ਮਤਲਬ ਇਹਨੂੰ ਪੁੱਛਦੇ ਸੀਗੇ ਮਤਲਬ ਕਿ ਤੇਰਾ ਨਹੀਂ ਮਨ ਮੰਨਦਾ ਉਹਦੇ ਨਾਲ ਤੂੰ ਕਿਉਂ ਨਹੀਂ ਮਤਲਬ ਉਹਦੇ ਨਾਲ ਰਿਲੇਸ਼ਨ ਬਣਾਉਂਦਾ ਤੂੰ ਕਿਉਂ ਮਤਲਬ ਇਹਨਾਂ ਨੇ ਜਦੋਂ ਵਿਆਹ ਕੀਤਾ ਉਹ ਐਗਰੀ ਕੀਤਾ ਨੇ ਕਿ ਮੈਂ ਵਿਆਹ ਕਰਨ ਤਿਆਰ ਆ ਜ਼ਬਰਦਸਤੀ ਕੀਤਾ ਕਰਦੇ ਨੇ ਇਹਦਾ ਇਹ ਨਹੀਂ ਨਾ ਮੈਨੂੰ ਪਤਾ ਜਾ ਹੋ ਸਕਦਾ ਜਿੱਦਾਂ ਮੈਨੂੰ ਸ਼ੱਕ ਹੈ ਕਿ ਉਹ ਲੜਕੀ ਨਾਲ ਸ਼ਾਇਦ ਇਹਨਾਂ ਦੀ ਗੱਲ ਹੁੰਦੀ ਕਿਉਂਕਿ ਆਨਲਾਈਨ ਰਹਿੰਦੇ ਸੀ ਰਾਤ ਨੂੰ ਮਤਲਬ 12 ਵਜੇ ਤੋਂ ਲੈ ਕੇ 1-1.5-2 ਵਜੇ ਤੱਕ ਮੈਂ ਇਹਨਾਂ ਨੂੰ ਚੈੱਕ ਹਮੇਸ਼ਾ ਰੋਜ਼ ਕਰਦੀ ਸੀ ਕਿ ਆਨਲਾਈਨ ਰਹਿੰਦੇ ਸੀ ਤੇ ਮੇਰੇ ਮੈਸੇਜ ਦਾ ਰਿਪਲਾਈ ਨਹੀਂ ਸੀ ਕਰਦੇ ਜਦੋਂ ਇਹ 2 ਮਹੀਨੇ ਬਾਅਦ ਇੰਡੀਆ ਤੋਂ ਅਮਰੀਕਾ ਚ ਆ ਗਏ ਤੇ ਇਹਨਾਂ ਨੇ ਸਾਰੇ ਟੱਬਰ ਨੇ ਫੋਨ ਬਲੌਕ ਕਰ ਦਿੱਤੇ ਹਾਂਜੀ ਸਾਰੇ ਨਹੀਂ ਮਤਲਬ ਹਸਬੈਂਡ ਨੇ ਜਾਂਦੇ ਬਲੌਕ ਕਰਤਾ ਸੀਗਾ ਤੇ ਬਾਕੀ ਸਾਰੀ ਫੈਮਿਲੀ ਮੈਂਬਰਸ ਨੇ ਮਹੀਨਾ ਠਹਿਰ ਕੇ ਮਤਲਬ ਬਲੌਕ ਕੀਤਾ ਸੀਗਾ ਹੁਣ ਤੁਹਾਡਾ ਕੋਈ ਫੋਨ ਤੇ ਗੱਲ ਨਹੀਂ ਕਰਦਾ ਮਤਲਬ ਨਹੀਂ ਕੋਈ ਨਹੀਂ ਵੱਖਰੇ ਵੱਖਰੇ ਨੰਬਰ ਤੋਂ ਮੈਂ ਇਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੀ 12 ਅਪ੍ਰੈਲ ਤੋਂ ਬਾਅਦ ਕੋਈ ਨਹੀਂ ਫੋਨ ਤੇ ਕਰਦਾ ਸੋ ਤੁਸੀਂ ਮੈਨੂੰ ਦੱਸੋ ਕਿ ਤੁਹਾਡੀ ਕੈਨੇਡਾ ਅਮਰੀਕਾ ਤੋਂ ਵਿੱਚੋਂ ਤੁਹਾਡਾ ਸਹੁਰਾ ਗਿਆ ਸੀ ਜਿਹਦਾ ਨਾਂ ਜਿਹੜਾ ਬੰਦਾ ਮੈਨਰਸ ਨਹੀਂ ਹੈ ਕੀ ਨਾਂ ਤੁਹਾਡੇ ਸਹੁਰੇ ਦਾ ਨਾਮ ਬਲਬੀਰ ਸਿੰਘ ਬਲਬੀਰ ਸਿੰਘ ਨਰਿੰਦਰ ਕੌਰ ਮਾਤਾ ਆ ਤੁਹਾਡੀ ਨਡਾਨਾ ਕਿੰਨੀਆਂ ਨੇ ਦੋ ਨਨਾਨਾ ਨੇ ਤੇ ਉਹ ਵੀ ਵਿਆਹ ਤੇ ਗਈਆਂ ਸੀਗੀਆਂ ਉਹਨਾਂ ਨੇ ਮੁੰਦੀਆਂ ਪਾਉਣੀਆਂ ਹਾਂਜੀ ਉਹਨਾਂ ਨੇ ਉਹਨਾਂ ਨੂੰ ਅਸੀਂ ਟਾਪਸ ਪਾਏ ਸੀਗੇ ਤੇ ਉਹਨਾਂ ਦੇ ਮਤਲਬ ਜਿਹੜੇ ਨਨਾਨ ਵੀ ਸੀ ਉਹਨਾਂ ਨੂੰ ਮੁੰਦੀਆਂ ਪਾਈਆਂ ਸੀਗੀਆਂ ਜਿਹੜੇ ਨਡਦੂਈ ਉਹਨਾਂ ਨੇ ਹਸਬੈਂਡ ਨੂੰ ਮੁੰਦੀਆਂ ਤੇ ਨਨਾਨਾ ਨੂੰ ਤੁਸੀਂ ਟਾਪਸ ਪਾਏ ਆ ਹਾਂਜੀ ਓਕੇ ਕਿੰਨੀਆਂ ਨਨਾਨਾ ਸੀਗੀਆਂ ਦੋ ਹਾਂਜੀ ਦੋ ਨਨਾਨਾ ਨੇ ਓਕੇ ਨਨਾਨਾ ਦਾ ਨਾਮ ਕੀ ਹੈ ਕਿਉਂਕਿ ਉਹ ਇਸ ਦੇ ਵਿੱਚ ਹਿੱਸੇਦਾਰ ਨੇ ਕਿਉਂਕਿ ਉਹਨਾਂ ਨੇ ਤੁਹਾਡੇ ਤੋਂ ਟਾਪਸ ਪਾਏ ਆ ਕੀ ਨਾਂ ਹੈ ਨਨਾਨਾ ਦੇ ਰਮਨਦੀਪ ਕੌਰ ਹਾਂਜੀ ਰਮਨਦੀਪ ਕੌਰ ਰਮਨਦੀਪ ਕੌਰ ਹਾਂਜੀ ਤੇ ਹਰਪ੍ਰੀਤ ਕੌਰ ਤੇ ਹਰਪ੍ਰੀਤ ਕੌਰ ਰਮਨਦੀਪ ਕੌਰ ਨੇ ਵੀ ਟਾਪਸ ਪਾਇਆ ਤੇ ਰਮਨਦੀਪ ਦੇ ਘਰ ਵਾਲੇ ਨੇ ਮੁੰਦੀ ਪਾਈ ਆ
मतलब वो ਉਹਨਾਂ ਦਾ ਨਾ ਆਪਸ ਆਪਣੇ ਹਸਬੰਡ ਨਾਲ ਸਹੀ ਰਿਲੇਸ਼ਨ ਉਹਨਾਂ ਦੇ ਵੀ ਡਿਵੋਰਸ ਦਾ ਹੀ ਸੋਚਦੇ ਪਏ ਆ ਉਹਨਾਂ ਦੇ ਦੋ ਬੱਚੇ ਵੀ ਆ ਤੇ ਉਹਨਾਂ ਦੇ ਹਸਬੰਡ ਨਾਲ ਉਹਨਾਂ ਦੀ ਬਣਦੀ ਨਹੀਂ ਆ ਉਹਨਾਂ ਨੇ ਵੀ ਡਿਵੋਰਸ ਲੈਣਾ ਤੇ ਉਹ ਆਏ ਨਹੀਂ ਸੀਗੇ ਅੱਛਾ ਚਲੋ ਉਹਨਾਂ ਨਾਲ ਲਾਓ ਜਿਹੜਾ ਆਇਆ ਸੀ ਹਰਮਨ ਕਿਹੜੀ ਹਰਮਨਪ੍ਰੀਤ ਹੈ ਕੀ ਨਾਂ ਕੁੜੀ ਦਾ ਹਰਮਨ ਹਰਪ੍ਰੀਤ ਹਰਪ੍ਰੀਤ ਦੇ ਘਰ ਵਾਲਾ ਆਇਆ ਸੀ ਉਹਨੂੰ ਮੁੰਦੀ ਪਾਈ ਹੈ ਤੁਸੀਂ ਉਹਦਾ ਨਾਂ ਕੀ ਹਰਪ੍ਰੀਤ ਦੇ ਘਰ ਵਾਲੇ ਦਾ ਨਾਂ ਕੀ ਹੈ ਜਤਿੰਦਰਪਾਲ ਸਿੰਘ ਜਤਿੰਦਰਪਾਲ ਇਹਨੇ ਮੁੰਦੀ ਪਾਈ ਹੈ मतलब ਕਿੰਨਾ ਦੁੱਖ ਹੈ ਬਾਪ ਵਾਸਤੇ ਮਾਂ ਵਾਸਤੇ ਸਾਡੇ ਸਮਾਜ ਵਾਸਤੇ ਕਿੰਨਾ ਸੋਨਾ ਪਾਇਆ ਤੁਸੀਂ ਬੇਟਾ ਸੋਨਾ ਮਤਲਬ ਸੱਸ ਨੂੰ ਇੱਕ ਸੈੱਟ ਪਾਇਆ ਸੀਗਾ ਤੇ ਲੜਕੇ ਨੂੰ ਇੱਕ ਕੜਾ ਪਾਇਆ ਸੀਗਾ ਤੇ ਚੈਨੀ ਪਾਈ ਸੀਗੀ ਮੇਰੇ ਹਸਬੈਂਡ ਨੂੰ ਤੇ ਮਾਮਿਆਂ ਦੀਆਂ 3 ਮਿਲਣੀਆਂ ਸੀਗੀਆਂ ਤੇ ਫੁੱਫੜਾਂ ਦੀਆਂ 2 ਮਿਲਣੀਆਂ ਫੁੱਫੜਾਂ ਦੀਆਂ 2 ਮਿਲਣੀਆਂ ਚ ਰਿੰਗਾਂ ਪਾਈਆਂ ਸੀਗੀਆਂ ਹਾਂਜੀ ਮੇਰਾ ਵੀ ਸੈੱਟ ਮਤਲਬ ਪਾ ਕੇ ਸਾਰਾ ਕੁਛ ਪਾ ਕੇ 12-13 ਲੱਖ ਦੇ ਲਾਗੇ ਹੋਊਗਾ ਸਹੁਰੇ ਦਾ ਵੀ ਕੜਾ ਸੀਗਾ ਤੇ ਭਰਾ ਦੀ ਵੀ ਮੁੰਦਰੀ ਸੀਗੀ ਖਾਣ ਪੀਣ ਦਾ ਵਿਆਹ ਤੇ ਹੋਰ ਆਰਗੇਨਾਈਜ਼ ਕਰਦੇ ਸਾਰਾ ਕੁਝ ਲੈਣੀ ਚਾਹਾਂਗਾ ਕਿ ਹੁਣ ਕਦੇ